ਦੋਸਤੋ ਪੰਜਾਬ ਦੇ ਮਾਨ ਬੱਬੂ ਮਾਨ ਜਿਹਨਾਂ ਨੂੰ ਕਿ ਉਹਨਾਂ ਦੇ ਫੈਨਸ ਪੰਜਾਬੀ ਇੰਡਸਟਰੀ ਦਾ ਉਸਤਾਦ ਕਹਿੰਦੇ ਹਨ ਤੇ ਜਿਹਨਾਂ ਦੀ ਗਾਇਕੀ ਨੂੰ ਆਮ ਇਨਸਾਨ ਤੋਂ ਲੈ ਕੇ ਵੱਡੇ ਵੱਡੇ ਸੁਪਰਸਟਾਰ ਪਸੰਦ ਕਰਦੇ ਹਨ। ਜੀ ਹਾਂ, ਤੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਮਾਨ ਸਾਹਿਬ ਦੇ ਅਜਿਹੇ 3 ਵਰਲਡ ਰਿਕਾਰਡ ਬਾਰੇ ਦੱਸਾਂਗੇ ਜਿਹਨਾਂ ਨੂੰ ਕਿ ਸ਼ਾਇਦ ਹੀ ਕੋਈ ਹੋਰ ਸਿੰਗਰ ਤੋੜ ਸਕਦਾ ਹੈ। ਤੇ ਚਲੋ ਦੋਸਤੋ, ਗੱਲ ਕਰਦੇ ਹਾਂ ਮਾਨ ਸਾਹਿਬ ਦੇ ਪਹਿਲੇ ਵੱਡੇ ਵਰਲਡ ਰਿਕਾਰਡ ਦੀ। ਤੇ ਮਾਨ ਸਾਹਿਬ ਦਾ ਪਹਿਲਾ ਵੱਡਾ ਰਿਕਾਰਡ ਇਹ ਹੈ ਕਿ ਮਾਨ ਸਾਹਿਬ ਦਾ 2005 ਵਿੱਚ ਆਇਆ ਮਿੱਤਰਾਂ ਦੀ ਛਤਰੀ ਗਾਣਾ ਪੰਜਾਬੀ 뮤직 ਦੇ ਇਤਿਹਾਸ ਵਿੱਚ ਪਹਿਲਾ ਗਾਣਾ ਸੀ ਜਿਸ ਵਿੱਚ ਕਿ ਸਭ ਤੋਂ ਵੱਧ 뮤직 ਇੰਸਟਰੂਮੈਂਟ ਤੇ ਉਸਦੇ ਵੇਰੀਏਸ਼ਨ ਯੂਜ਼ ਕੀਤੇ ਗਏ ਸਨ। ਤੇ ਇਹ ਰਿਕਾਰਡ 2005 ਤੋਂ ਲੈ ਕੇ ਹੁਣ ਤੱਕ ਮਾਨ ਸਾਹਿਬ ਦੇ ਨਾਮ ਹੀ ਬੋਲਦਾ ਹੈ। ਤੇ ਦੂਜਾ ਵੱਡਾ ਰਿਕਾਰਡ ਇਹ ਹੈ ਕਿ ਕਿਸੇ ਵੀ ਪੰਜਾਬੀ ਸਿੰਗਰ ਦੇ ਟੈਟੂਸ ਉਹਨਾਂ ਦੀਆਂ ਫੈਨਸ ਦੀਆਂ ਬਾਹਾਂ ਤੇ ਬਣਨੇ, ਤੇ ਇਹ ਰਿਕਾਰਡ ਵੀ ਮਾਨ ਸਾਹਿਬ ਦੇ ਨਾਮ ਹੀ ਬੋਲਦਾ ਹੈ। ਤੇ ਜਿਸ ਦੇ ਚੱਲਦਿਆਂ ਮਾਨ ਸਾਹਿਬ ਨੇ 2017 ਵਿੱਚ ਇੱਕ ਹਾਲੀਵੁੱਡ ਟਰਾਫੀ ਵੀ ਜਿੱਤੀ ਸੀ ਤੇ ਜੋ ਕਿ ਆਪਣੇ ਆਪ ਵਿੱਚ ਇੱਕ ਇਤਿਹਾਸ ਹੈ। ਤੇ ਤੀਸਰਾ ਤੇ ਸਭ ਤੋਂ ਵੱਡਾ ਵਰਲਡ ਰਿਕਾਰਡ ਮਾਨ ਸਾਹਿਬ ਦਾ ਇਹ ਹੈ ਕਿ ਕਿਸੇ ਵੀ ਹੋਰ ਸਿੰਗਰ ਦੇ ਲਾਈਵ ਸ਼ੋਅ ਵਿੱਚ ਇੰਨਾ ਇਕੱਠ ਨਹੀਂ ਹੋਇਆ ਜਿੰਨਾ ਕਿ ਮਾਨ ਸਾਹਿਬ ਦੇ ਲਾਈਵ ਸ਼ੋਅ ਵਿੱਚ ਹੋਇਆ ਸੀ। ਤੇ ਮਾਨ ਸਾਹਿਬ ਨੇ ਇਹ ਵਰਲਡ ਰਿਕਾਰਡ ਦਿਰਬਾ ਲਾਈਵ ਸ਼ੋਅ ਵਿੱਚ ਬਣਾਇਆ ਸੀ ਤੇ ਜਿੱਥੇ ਕਿ ਲਗਭਗ 4,10,000 ਲੋਕਾਂ ਦੀ ਗਿਣਤੀ ਦੱਸੀ ਗਈ ਸੀ। ਤੇ ਇਹ ਰਿਕਾਰਡ ਵੀ ਮਾਨ ਸਾਹਿਬ ਦੇ ਨਾਮ ਹੀ ਬੋਲਦਾ ਹੈ। ਦੋਸਤੋ, ਤੁਹਾਨੂੰ ਮਾਨ ਸਾਹਿਬ ਦੇ ਕਿਸ ਰਿਕਾਰਡ ਬਾਰੇ ਨਹੀਂ ਸੀ ਪਤਾ, ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ। ਧੰਨਵਾਦ।